ਜਾਪੀ ਕਮਨਾ ਦੇ ਵਿੱਚ ਸਾਰਿਆਂ ਦਾ ਨਿਗਾ ਸਵਾਗਤ ਹੈ ਮੈਂ ਤੁਹਾਡਾ ਦੋਸਤ ਹੂ ਸਪਾਰਮਜੀਤ ਸਿੰਘ ਭਗਨਾ ਸਭ ਤੋਂ ਪਹਿਲਾਂ ਨਿਗਾ ਮਾਰਦੇ ਆ ਅੱਜ ਦੀਆਂ ਮੁੱਖ ਖਬਰਾਂ ਲੇ ਵਿੱਚ ਗਰਜੇ ਪੀਐਮ ਮੋਦੀ ਜਵਾਨਾਂ ਨੂੰ ਕਿਹਾ ਤੁਹਾਡਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਜਲਦ ਸ਼ੁਰੂ ਹੋ ਸਕਦੇ ਨੇ ਅੰਤਰਰਾਸ਼ਟਰੀ ਉਡਾਨਾਂ ਸਰਕਾਰ ਅਮਰੀਕਾ ਕੈਨੇਡਾ ਨਾਲ ਕਰ ਰਹੀ ਹੈ ਗੱਲਬਾਤ ਸੀਐਮ ਨੇ ਅਗਲੇ ਹਫਤੇ ਤੋਂ ਰੈਪਿਡ ਟੈਸਟ ਨੂੰ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕਰਨ ਨੂੰ ਦਿੱਤੀ ਹਰੀ ਝੰਡੀ ਪਾਕਿਸਤਾਨ ਦੇ ਸ਼ੇਖੂਪੁਰਾ ਚ ਟ੍ਰੇਨ ਹਾਦਸੇ ਦੌਰਾਨ 16 ਸਿੱਖਾਂ ਸਮੇਤ 19 ਯਾਤਰੀਆਂ ਦੀ ਮੌਤ ਵਗ ਪਾਰਟੀਆਂ ਵੱਲੋਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਕੀਤੀ ਨਾਰੇਬਾਜੀ ਲਦਾਖ ਚ ਸ਼ਹੀਦ ਹੋਏ ਗਰਦਾਸਪੁਰ ਦੇ ਜਵਾਨ ਦੇ ਘਰ ਪਹੁੰਚੇ ਵਿਕਰਮ ਮਜੀਠੀਆ ਹੁਣ ਖਬਰਾਂ ਵਿਸਤਾਰ ਦੇ ਨਾਲ ਚੀਨ ਦੇ ਨਾਲ ਲੱਗਦੀ ਸਰਹੱਦ ਤੇ ਤਣਾਅ ਜਾ ਰਹੀ ਹੈ ਤੇ ਚੀਨੀ ਫੌਜ ਦੇ ਨਾਲ ਗੱਲਬਾਤ ਦੌਰਾਨ ਕੱਲ ਸਵੇਰੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੇ ਲਦਾਖ ਪਹੁੰਚੇ ਤੇ ਪੀਐਮ ਮੋਦੀ ਨੇ ਲੇ ਲਦਾਖ ਦੇ ਨੀਮ ਫਾਰਵਰਡ ਪੋਸਟ ਦੇ ਉੱਪਰ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਆ ਸੁਰੱਖਿਅਤ ਹਾਲਾਤਾਂ ਦੇ ਜਾਇਜ਼ੇ ਲਤੇ ਨੇ ਤੇ ਉੱਥੇ ਹੀ ਪੀਐਮ ਮੋਦੀ ਨੇ ਚੀਫ ਆਫ ਡਿਫੈਂਸ ਜੋ ਸਟਾਫ ਹੈ ਵਿਪਨ ਰਾਵਤ ਉਹਨਾਂ ਦੀ ਸਾਰੀ ਟੀਮ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੌਜੂਦ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਯਾਤਰਾ ਦੌਰਾਨ ਫੌਜੀਆਂ ਨਾਲ ਉਹਨਾਂ ਨੇ ਜਿੱਥੇ ਗੱਲਬਾਤ ਕੀਤੀ ਹੈ ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਮੋਦੀ ਸਵੇਰੇ 9:30 ਵਜੇ ਲੇ ਪਹੁੰਚ ਗਏ ਇਸ ਮੌਕੇ ਤੇ ਮੋਦੀ ਨੇ ਭਾਰਤੀ ਫੌਜੀਆ ਨੂੰ ਸੰਬੋਧਨ ਕੀਤਾ ਪੀਐਮ ਮੋਦੀ ਨੇ ਭਾਰਤੀ ਫੌਜੀਆ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਹੈ ਪੀਐਮ ਮੋਦੀ ਨੇ ਦੇਸ਼ ਦੇ ਜਵਾਨਾਂ ਨੂੰ ਕਿਹਾ ਕਿ ਜਦੋਂ ਦੇਸ਼ ਦੀ ਸੁਰੱਖਿਆ ਤੁਹਾਡੇ ਹੱਥਾਂ ਵਿੱਚ ਹੈ ਤੁਹਾਡੇ ਮਜ਼ਬੂਤ ਇਰਾਦਿਆਂ ਦੇ ਵਿੱਚ ਹੈ ਤਾਂ ਸਿਰਫ ਸਾਨੂੰ ਹੀ ਨਹੀਂ ਬਲਕਿ ਪੂਰੇ ਦੇਸ਼ ਨੂੰ ਵਿਸ਼ਵਾਸ ਹੈ ਕਿ ਸਾਡਾ ਦੇਸ਼ ਨਿਸ਼ਚਿਤ ਹੈ ਤੇ ਸਾਡੇ ਦੇਸ਼ ਦੀ ਸੁਰੱਖਿਆ ਜਿਹੜੀ ਆ ਉਹ ਚੰਗੇ ਹੱਥਾਂ ਦੇ ਵਿੱਚ ਹੈ ਇਹਦੇ ਨਾਲ ਹੀ ਉਹਨਾਂ ਨੇ ਫੌਜੀਓ ਨੂੰ ਇਹ ਵੀ ਕਿਹਾ ਕਿ ਤੁਹਾਡੀ ਇੱਛਾ ਸ਼ਕਤੀ ਦੇ ਆਸ-ਪਾਸ ਪਰਬਤਾਂ ਦੇ ਇਸ ਤਰ੍ਹਾਂ ਦੇ ਅਟੱਲ ਜੋ ਪਰਬਤ ਨੇ ਇਹਨਾਂ ਦੇ ਉੱਪਰ ਤੁਸੀਂ ਡਟ ਕੇ ਆਪਣੀ ਡਿਊਟੀ ਨਿਭਾ ਰਹੇ ਹੋ ਤੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਤੁਹਾਡੀ ਹਿੰਮਤ ਭਾਰਤ ਮਾਤਾ ਦੀ ਰੱਖਿਆ ਤੁਹਾਡੀ ਬਹਾਦਰੀ ਤੇ ਸਨਮਾਨ ਬੇਮਿਸਾਲ ਹੈ ਮੁਸ਼ਕਿਲ ਹਾਲਾਤਾਂ ਦੇ ਵਿੱਚ ਪੂਰੇ ਵਿਸ਼ੇ ਵਿੱਚ ਕੋਈ ਵੀ ਉਸ ਉਚਾਈ ਦਾ ਮੁਕਾਬਲਾ ਨਹੀਂ ਕਰ ਸਕਦਾ ਜਿਸ ਤੇ ਤੁਸੀਂ ਦੇਸ਼ ਦੀ ਰੱਖਿਆ ਕਰ ਰਹੇ ਹੋ ਤੇ ਉਹਨਾਂ ਨੇ ਕਿਹਾ ਕਿ ਜੈ ਭਾਰਤ ਮਾਤਾ ਦੀ ਢਾਲ ਬਣ ਕੇ ਉਸ ਮਾਤਾ ਦੀ ਤੁਸੀਂ ਰੱਖਿਆ ਕਰ ਰਹੇ ਹੋ ਪੀਐਮ ਮੋਦੀ ਨੇ ਕਿਹਾ ਕਿ ਹੁਣ ਭਾਰਤੀ ਜਵਾਨਾਂ ਨੇ ਜੋ ਬਹਾਦਰੀ ਦਿਖਾਈ ਆ ਉਸ ਨੇ ਪੂਰੀ ਦੁਨੀਆ ਵਿੱਚ ਇਹ ਸੰਦੇਸ਼ ਦਿੱਤਾ ਹੈ ਕਿ ਭਾਰਤ ਦੀ ਤਾਕਤ ਹੈ ਉਹਨਾਂ ਨੇ ਕਿਹਾ ਕਿ ਮੈਂ ਗਲਵਾਨ ਘਾਟੀ ਵਿੱਚ ਸ਼ਹੀਦ ਹੋਏ ਫੌਜੀਓ ਨੂੰ ਅੱਜ ਫੇਰ ਸ਼ਰਧਾਂਜਲੀ ਦੰਦਾਂ ਤੇ ਭਾਰਤੀ ਫੌਜ ਦੇ ਜਵਾਨਾਂ ਦੀ ਤਾਰੀਫ਼ ਵੀ ਕਰਦਾ ਪੀਐਮ ਮੋਦੀ ਨੇ ਕਿਹਾ ਕਿ 14 ਕੋਰ ਦੀ ਜਾਂ ਬਾਜੀ ਦੇ ਕਿੱਸੇ ਚਾਰੇ ਪਾਸੇ ਨੇ ਤੇ ਤੁਹਾਡੀ ਬਹਾਦਰੀ ਦੇ ਕਿੱਸਿਆਂ ਦੀ ਗੂੰਜ ਹਰ ਘਰ ਘਰ ਦੇ ਵਿੱਚ ਅੱਜ ਦੁਹਰਾਈ ਜਾ ਰਹੀ ਹੈ ਤੇ ਪੂਰਬੀ ਲਦਾਖ ਦੇ ਵਿੱਚ ਚੀਨ ਦੇ ਨਾਲ ਜਾਰੀ ਤਣਾਅ ਦੇ ਚੱਲਦੇ ਪੀਐਮ ਮੋਦੀ ਦਾ ਇਹ ਦੌਰਾ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਕਰੋਨਾ ਵਾਇਰਸ ਕਰਕੇ ਭਾਰਤ ਵਿੱਚ ਅੰਤਰਰਾਸ਼ਟਰੀ ਉਡਾਨਾਂ ਬੰਦ ਨੇ ਤੇ ਇਹ ਉਡਾਨਾਂ ਦੁਆਰੋਂ ਕਦੋਂ ਸ਼ੁਰੂ ਹੋਣ ਗਿਆ ਇਸ ਬਾਰੇ ਅਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰ ਇਸ ਦੌਰਾਨ ਚੰਗੀ ਖਬਰ ਇਹ ਨਿਕਲ ਕੇ ਆ ਰਹੀ ਹੈ ਕਿ ਕੁਝ ਦੇਸ਼ ਜਲਦੀ ਇਹ ਉਡਾਨਾਂ ਜੋ ਸ਼ੁਰੂ ਕਰਨ ਜਾ ਰਹੇ ਨੇ ਤੇ ਇਸ ਵਿੱਚ ਖਾਸ ਕਰਕੇ ਅਮਰੀਕਾ ਕੈਨੇਡਾ ਯੂਏ ਵੀ ਸ਼ਾਮਲ ਨੇ एयरमैन अथॉरिटी ऑफ इंडिया ਦੇ ਚੇਅਰਮੈਨ ਅਰਵਿੰਦਰ ਸਿੰਘ ਨੇ ਕਿਹਾ ਹੈ ਕਿ ਭਾਰਤ ਇਹਨਾਂ ਦੇਸ਼ਾਂ ਦੇ ਨਾਲ ਗੱਲਬਾਤ ਕਰ ਰਿਹਾ ਅਰਵਿੰਦਰ ਸਿੰਘ ਨੇ ਕਿਹਾ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਜੁਲਾਈ ਦੇ ਅੰਤ ਤੱਕ ਇਹਨਾਂ ਦੇਸ਼ਾਂ ਵਿੱਚ ਉਡਾਨਾਂ ਜਿਹੜੀਆਂ ਸ਼ੁਰੂ ਹੋ ਸਕਦੀਆਂ ਨੇ ਤੇ ਉਹਨਾਂ ਨੇ ਕਿਹਾ ਕਿ ਸਾਡੀ ਗੱਲਬਾਤ ਬਹੁਤ ਹੀ ਉન્નਤ ਪੜਾਅ ਤੇ ਪਰ ਪਹੁੰਚ ਚੁੱਕੀ ਐ ਜਹੀ ਸਥਿਤੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਨੂੰ ਉਮੀਦ ਆ ਕਿ ਅੰਤਰਰਾਸ਼ਟਰੀ ਉਡਾਨਾਂ ਜਲਦੀ ਤੋਂ ਜਲਦੀ ਸ਼ੁਰੂ ਹੋ ਸਕਣ ਭਾਰਤ ਸਰਕਾਰ ਉਡਾਨਾਂ ਕਰਨ ਵਾਸਤੇ ਅਮਰੀਕਾ ਕੈਨੇਡਾ ਤੇ ਖਾੜੀ ਦੇਸ਼ਾਂ ਦੇ ਨਾਲ ਨਿਰੰਤਰ ਸੰਪਰਕ ਦੇ ਵਿੱਚ ਹਾਂ ਤੇ ਤੁਹਾਨੂੰ ਦੱਸ ਦਈਏ ਕਿ ਯੂਰੋਪੀਅਨ ਯੂਨੀਅਨ ਨੇ 15 ਦੇਸ਼ਾਂ ਲਈ ਦੁਬਾਰਾ ਅੰਤਰਰਾਸ਼ਟਰੀ ਉਡਾਨਾਂ ਦੀ ਸ਼ੁਰੂਆਤ ਕੀਤੀ ਹੈ ਪਰ ਇਸ ਸੂਚੀ ਵਿੱਚ ਭਾਰਤ ਦਾ ਨਾਮ ਨਹੀਂ ਸ਼ਾਮਲ ਹੈ ਇਸ ਸੂਚੀ ਦੇ 2 ਹਫ਼ਤੇ ਬਾਅਦ ਇਹ ਜੋ ਅਪਡੇਟ ਆਵੇਗੀ ਕਿ ਇਸ ਸੂਚੀ ਵਿੱਚ ਮੁੜ ਭਾਰਤ ਦਾ ਨਾਮ ਪਵੇਗਾ ਜਾਂ ਨਹੀਂ ਪਾਵੇ ਕੁਝ ਦੇਸ਼ਾਂ ਦੇ ਨਾਮ ਇਸ ਸੂਚੀ ਵਿੱਚੋਂ ਹਟਾਏ ਗਏ ਨੇ ਜਦਕਿ ਕੁਝ ਦੇਸ਼ਾਂ ਦੇ ਨਾਮ ਸ਼ਾਮਲ ਕੀਤੇ ਗਏ ਨੇ ਬਹੁਤ ਸਾਰੇ ਯੂਰੋਪੀਅਨ ਦੇਸ਼ਾਂ ਵਿੱਚ ਭਾਰਤੀ ਜੋ ਭਾਰਤ ਦੇ ਹਵਾਈ ਅੱਡੇ ਨੇ ਉਹਨਾਂ ਦੀ ਜ਼ਿਆਦਾ ਭੀੜ ਹੈ ਕਰੋਨਾ ਦਾ ਜ਼ਿਆਦਾ ਖਾਦ사 ਹੋਣ ਕਰਕੇ ਭਾਰਤ ਵਿੱਚ ਇਸ ਕਰਕੇ ਵੀ ਇਹਨਾਂ ਉਡਾਨਾਂ ਨੂੰ ਜਿਹੜਾ ਕਿ ਭਾਰਤ ਵਿੱਚ ਨਈ ਲੈ ਕੇ ਆਇਆ ਜਾ ਸਕਦਾ ਇਸ ਕਰਕੇ ਵੀ ਇਹ ਉਮੀਦ ਜਤਾਈ ਜਾ ਰਹੀ ਹੈ ਪਰ ਉਮੀਦ ਕੀਤੀ ਜਾ ਰਹੀ ਕਿ ਜੁਲਾਈ ਦੇ ਅੰਤ ਤੱਕ ਅੰਤਰਰਾਸ਼ਟਰੀ ਉਡਾਨਾਂ ਸ਼ੁਰੂ ਹੋ ਜਾਣਗੀਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁਕਰਵਾਨ ਨੂੰ ਆਉਂਦੇ ਦੋ ਕੋਵਿਡ 90 ਰੈਪਿਡ ਐਂਟੀਜਨ ਟੈਸਟ ਨੂੰ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕਰਨ ਦੀ ਹਰੀ ਝੰਡੀ ਦੇ ਦਿੱਤੀ ਇਸ ਤੋਂ ਇਲਾਵਾ ਉੱਚ ਖਤਰੇ ਵਾਲੇ ਕੌਮੀ ਰਾਸਤਾ ਨਿਖੇਤਰ ਤੋਂ ਰੋਜ਼ਾਨਾ ਆਉਣ ਵਾਲੇ ਹਜ਼ਾਰਾਂ ਲੋਕਾਂ ਦੀ ਸਖਤ ਨਿਗਰਾਨੀ ਯਕੀਨੀ ਬਣਾਉਣ ਵਾਸਤੇ ਸੰਭੂ ਬਾਰਡਰ ਰਾਹੀਂ ਦਾਖਲ ਹੋਣ ਵਾਲੇ ਈ ਰਜਿਸਟਰ ਉਰਾਨੂ ਕਰਨਾ ਪਵੇਗਾ ਉਹ ਉਸ ਤੋਂ ਬਾਅਦ ਹੀ ਬਾਰਡਰ ਨੂੰ ਕਰਾਸ ਕਰ ਸਕਣਗੇ ਤੇ ਰੈਪਿਡ ਐਂਟੀਜਨ ਟੈਸਟ ਚ ਘੱਟੋ ਘੱਟ 1000 ਟੈਸਟਾਂ ਨੂੰ ਕਵਰ ਕਰਨ ਦੀ ਜੋ ਸਮਰੱਥਾ ਦੋ ਪਾਇਲਟ ਪ੍ਰੋਜੈਕਟ ਦੀ ਸਫਲਤਾ ਤੋਂ ਬਾਅਦ ਉਦਯੋਗ ਖੋਲ੍ਹੇ ਨੇ ਖੇਤਾ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਪ੍ਰਵਾਸੀ ਮਜ਼ਦੂਰਾਂ ਦੇ ਵੀ ਇਹ ਟੈਸਟ ਮਸ਼ੀਨਾਂ ਹੀ ਕੀਤੇ ਜਾਣਗੇ ਸੂਬਾ ਸਰਕਾਰ ਕੋਵਿਡ ਟੈਸਟ ਦੀ ਸਮਰੱਥਾ ਨੂੰ ਹੋਰ ਵਧਾਉਣ ਵਾਸਤੇ ਰੈਪਿਡ ਐਂਟੀਜਨ ਟੈਸਟਿੰਗ ਕਿੱਟਾਂ ਦੀ ਖਰੀਦ ਕਰੇਗਾ ਤੇ ਹਾਲਾਂਕਿ ਮੌਜੂਦਾ ਸਮੇਂ ਵਿੱਚ ਟੈਸਟ ਦੀਆਂ ਜੋ ਦਰਾਂ ਨੇ ਭਾਰਤ ਵਿੱਚ ਨਿਰੰਤਰ 10 ਲੱਖ ਪਿੱਛੇ 140 ਟੈਸਟ ਪ੍ਰਤੀ ਦਿਨ ਦੇ ਹਿਸਾਬ ਨਾਲ ਨਿਕਲ ਕੇ ਆ ਰਹੇ ਨੇ ਇਹਦੇ ਨਾਲ ਹੀ ਕਰੋਨਾ ਪੋਜ਼ਿਟਿਵ ਦੇ 10 ਫੀਸਦੀ ਕੇਸਾਂ ਦੇ ਦਰ ਮੁਕਾਬਲੇ ਪੰਜਾਬ ਵਿੱਚ ਇਹ ਦਰ ਕਾਫੀ ਘਟ 2 ਫੀਸਦੀ ਪੋਜ਼ਿਟਿਵ ਕੇਸਾਂ ਦੀ ਦਰ ਵਾਲੇ ਪੰਜਾਬ ਵਿੱਚ ਮੌਜੂਦਾ ਸਮੇਂ ਰੋਜ਼ਾਨਾ 10 ਲੱਖ ਪਿੱਛੇ 242 ਟੈਸਟ ਕੀਤੇ ਜਾ ਰਹੇ ਨੇ ਇਸ ਮਹਾਮਾਰੀ ਦੇ ਅੱਗੇ ਫੈਲਣ ਤੋਂ ਰੋਕਣ ਵਾਸਤੇ ਉਲੀਕੀ ਗਈ ਵਿਆਪਕ ਰਣਨੀਤੀ ਦਾ ਇਹ ਹਿੱਸਾ ਵੀ ਦੱਸਿਆ ਜਾ ਰਿਹਾ ਹੈ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਸ਼ੇਖੂਪੁਰਾ ਵਿੱਚ ਇੱਕ ਟ੍ਰੇਨ ਹਾਦਸੇ ਦੌਰਾਨ 16 ਸਿੱਖਾਂ ਸਮੇਤ 19 ਯਾਤਰੀਆਂ ਦੀ ਮੌਤ ਹੋਣ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਮੀਡੀਆ ਰਿਪੋਰਟਾਂ ਦੇ ਅਨੁਸਾਰ ਸ਼ਾਹ ਹੁਸੈਨ ਐਕਸਪ੍ਰੈਸ ਅਤੇ ਇੱਕ ਬੱਸ ਦੇ ਦਰਮਿਆਨ ਜ਼ਬਰਦਸਤ ਟੱਕਰ ਹੋਈ ਹੈ ਪਾਕਿਸਤਾਨ ਦੇ ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਇਹ ਟੱਕਰ ਫਰੂਕਾਬਾਦ ਦੇ ਬਾਹਰੀ ਵਾਲਾ ਦੇ ਵਿੱਚ ਹੋਈ ਹੈ ਜਿੱਥੇ ਰੇਲਵੇ ਕਰਾਸਿੰਗ ਦੇ ਉੱਪਰ ਇਹ ਬੱਸ ਕ੍ਰਾਸ ਕਰ ਰਹੀ ਸੀ ਜਦੋਂ ਇਹ ਵੱਡਾ ਹਾਦਸਾ ਹੋਇਆ ਤੇ ਮੌਕੇ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਜ਼ਖਮੀ ਯਾਤਰੀਆਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਇਲਾਜ ਦੀ ਲਿਆਂਦਾ ਗਿਆ ਤੇ ਬਚਾਅ ਤੇ ਰਾਜ ਜੋ ਰਾਤ ਦੀ ਟੀਮਾਂ ਨੇ ਉਹ ਮੌਕੇ ਦੇ ਉੱਪਰ ਪਹੁੰਚ ਚੁੱਕੇ ਨੇ ਇਸ ਹਾਦਸੇ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੁੱਖ ਜਤਾਇਆ ਤੇ ਦੇ ਨਾਲ ਹੀ ਉਹਨਾਂ ਨੇ ਸਬੰਧਤ ਅਧਿਕਾਰੀਆਂ ਨੂੰ ਜਾਂਚ ਦੇ ਆਦੇਸ਼ ਵੀ ਦਿੱਤੇ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਸਿੱਖ ਯਾਤਰੀ ਪੇਸ਼ਾਵਰ ਤੋਂ ਗੁਰਦੁਆਰਾ ਸੱਚਾ ਸੌਦਾ ਸਾਹਿਬ ਜਾ ਕੇ ਆ ਰਹੇ ਸਨ ਜਦ ਇਹ ਟ੍ਰੇਨ ਕਰਾਚੀ ਜਾ ਰਹੀ ਸੀ ਉਦੋਂ ਇਹ ਵੱਡਾ ਹਾਦਸਾ ਵਾਪਰ ਗਿਆ ਤਰਨਤਾਰਨ ਦੇ ਸ਼ਹਿਰ ਬੋੜੀ ਵਾਲਾ ਚੌਂਕ 'ਚ ਵੱਖ-ਵੱਖ ਸਿਆਸੀ ਪਾਰਟੀਆਂ ਨੇ ਕੇਂਦਰ ਸਰਕਾਰ ਤੇ ਰਾਜ ਸਰਕਾਰ ਖਾਸ ਕਰਕੇ ਪੰਜਾਬ ਦੀ ਉਸ ਸਰਕਾਰ ਦੇ ਖਿਲਾਫ ਜਮ ਕੇ ਨਾਰੇਬਾਜੀ ਕੀਤੀ ਆ ਵਕ ਵਕ ਬਜ਼ਾਰਾਂ ਰਾਈ ਹੁੰਦੇ ਹੋਏ ਅਖੀਰ ਬੋੜੀ ਵਾਲਾ ਚੌਕ ਵਿੱਚ ਭਾਰੇ ਨਾਰੇਬਾਜੀ ਕੀਤੀ ਗਿਆ ਧਰਨੇ ਉੱਪਰ ਬੈਠ ਕੇ ਇਹ ਲੋਕ ਤੇ ਬਾਇਕਾਟ ਕੀਤਾ ਜਾ ਰਿਹਾ ਹੈ ਇਹ ਲੱਗ ਲੱਗ ਪਾਰਟੀਆਂ ਤੋਂ ਆਗੂ ਨੇ ਜਿਹੜੇ ਆਪਣੀਆਂ ਹੱਕਾ ਮਨਾਉਣ ਵਾਸਤੇ ਬੋੜੀ ਚੌਕ ਧਰਨਾ ਲਾ ਕੇ ਬੈਠ ਗਏ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਝੂਠੇ ਲਾਰੇ ਲਾ ਰਹੀ ਹੈ ਜਦੋਂ ਕਿ ਨਾਲ ਨਾਲ ਹੁਣ ਪਿਛਲੇ ਦਿਨੀ ਕਰੋਨਾ ਬਿਮਾਰੀ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸਾਡੀਆਂ ਖਾਸ ਤੌਰ ਤੇ ਪਿੰਡਾਂ ਵਿੱਚ ਜਾ ਜਾ ਕੇ ਘਰਾਂ ਦੇ ਮੈਂਬਰਾਂ ਨੂੰ ਕਰੋਨਾ ਬਿਮਾਰੀ ਨਾਲ ਜਾਣੂ ਲੋਕਾਂ ਨੂੰ ਜਾੜੂ ਕਰਵਾਇਆ ਜਾ ਰਿਹਾ ਪਰ ਉੱਥੇ ਹੀ ਦੱਸਿਆ ਜਾ ਰਿਹਾ ਕਿ ਸਾਡੀ ਹੱਕਾਂ ਨੂੰ ਜਿਹੜਾ ਕਿ ਜੋ ਸਾਡੀਆਂ ਬਣਦੀਆਂ ਮਹੱਕਾ ਹੱਕ ਨੇ ਉਹਨਾਂ ਨੂੰ ਨਹੀਂ ਮੰਨਿਆ ਜਾ ਰਿਹਾ ਤੇ ਇਸ ਕਰਕੇ ਉਹਨਾਂ ਨੇ ਇਸ ਸੰਘਰਸ਼ ਨੂੰ ਹੋਰ ਤੇਜ਼ ਕਰ ਦਿੱਤਾ ਤਾਂ ਤੁਹਾਨੂੰ ਦੱਸਦੀ ਕਿ ਇਸ ਸੰਘਰਸ਼ ਦੇ ਵਿੱਚ ਇੱਥੇ ਡਾਕਟਰ ਨੇ ਉਥੇ ਹੀ ਕੁਝ ਕੁ ਸੇਵਾਦਾਰ ਜੋ ਸਿਹਤ ਵਿਭਾਗ ਵੱਲੋਂ ਲਗਾਏ ਗਏ ਨੇ ਘਰ-ਘਰ ਜਾਣ ਵਾਸਤੇ ਉਹਨਾਂ ਨੇ ਵੀ ਆ ਕੇ ਇਸ ਧਰਨੇ ਦੇ ਵਿੱਚ ਆਪਣੀ ਸ਼ਿਰਕਤ ਕੀਤੀ ਹੈ ਤਰਨਤਾਰਨ ਤੋਂ ਸਾਡੇ ਪੱਤਰਕਾਰ ਬਲਜੀਤ ਸਿੰਘ ਦੀ ਖਾਸ ਰਿਪੋਰਟ ਪੰਜਾਬ استان ਦੇ ਅੰਦਰ ਜਿਹੜੀਆਂ ਅੱਜ ਵੱਖ-ਵੱਖ ਥਾਵਾਂ ਤੇ ਰੈਲੀਆਂ ਕਰਕੇ ਰੋਸ ਮਾਰਚ ਕਰਕੇ ਸਰਕਾਰ ਦੀਆਂ ਜਿਹੜੀਆਂ ਸੈਂਟਰ ਸਰਕਾਰ ਦੀਆਂ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਉਹਨਾਂ ਦਾ ਵਿਰੋਧ ਕਰਨਾ ਤੇ ਪੰਜਾਬ ਸਰਕਾਰ ਜਿਹੜੇ ਆ ਸਾਡੇ ਸਾਥੀ ਬੈਠੇ ਆ 1.5 ਸਾਲ ਹੋ ਗਿਆ 2-2 ਸਾਲ ਸਾਥੀਆਂ ਨੂੰ ਮਰਤਕ ਜਿਹੜੇ ਸਾਥੀ ਆ ਉਹਨਾਂ ਦੇ ਵਾਰਸਾਂ ਨੂੰ ਜਿਹੜੀਆਂ ਨੌਕਰੀਆਂ ਜਿਹੜੀਆਂ ਅਜੇ ਨਹੀਂ ਦੇ ਰਹੀਆਂ ਉਹਦੇ ਲਈ ਸਾਡੇ ਜਥੇਬੰਦੀਆਂ ਲੋ ਲਗਾਤਾਰ ਜਿਹੜਾ ਪਟਿਆਲੇ ਦੇ ਅੰਦਰ ਰੋਸ ਧਰਨਾ ਜਾ ਰਹੇ ਸੀ ਔਰ ਉਹਦੀ ਤਿਆਰੀ ਲਈ ਫੇਰ ਜਿਹੜੀ ਅੱਜ ਸਾਡੀ ਜਿਹੜੀ ਮੀਟਿੰਗ ਸੀ ਵੀ 10 ਤਰੀਕ ਨੂੰ ਜਿਹੜਾ ਉਹ ਰੋਸ ਧਰਨੇ ਦੇ ਦਬਾਅ ਦੇ ਅੰਦਰ ਆਣ ਕੇ ਸਾਨੂੰ ਜਿਹੜਾ ਉਹ ਟਾਈਮ ਦਿੱਤਾ ਵਾ ਐਚਓਡੀ ਨੇ ਜੀ ਉਹਨਾਂ ਤੋਂ ਬਾਅਦ ਵੀ ਸਾਡੇ ਮਸਲੇ ਦਾ ਹੱਲ ਨਾ ਹੋਇਆ ਤੇ 10 ਤਰੀਕ ਤੋਂ ਬਾਅਦ ਵਿੱਚ ਜਿਹੜਾ ਵੀ ਸੂਬਾ ਕਮੇਟੀ ਦਾ ਫੈਸਲਾ ਆਊਗਾ ਉਹਨੂੰ ਤਖੜੇ ਰੂਪ ਦੇ ਵਿੱਚ ਲਾਗੂ ਕਰਾਂ ਵੱਖ-ਵੱਖ ਅਕਸਰਾਂ ਦੇ ਰਾਈ ਧਰਨੇ ਦੇ ਗਈ ਭਾਵੇਂ ਉਹ ਪਟਿਆਲੇ ਦੇ ਅੰਦਰ ਕੈਪਟਨ ਦੇ ਮਹਿਲਾਂ ਨੂੰ ਮਾਰਚ ਕਰਨ ਦਾ ਪ੍ਰੋਗਰਾਮ ਹੋਵੇ ਇਹਨਾਂ ਸਾਥੀਆਂ ਦੀਆਂ ਮੰਗਾਂ ਦਾ ਜਿਹੜਾ ਉਹ ਹੱਲ ਕਰਾ ਕੇ ਜਿਹੜਾ ਵਾ ਰਵਾਂਗੇ ਉਹਨਾਂ ਮਿੱਤਰਾਂਾਂ ਦੇ ਵਾਰਸਾਂ ਨੂੰ ਨੌਕਰੀਆਂ ਬਹੁਤ ਜਿਹੜੇ ਸਾਡੇ ਮਸਲੇ ਆ ਪੇ ਕਮਿਸ਼ਨ ਦੀ ਰਿਪੋਰਟ ਜਿਹੜੀ ਆ ਡੀਏ ਦੀਆਂ ਕਿਸ਼ਤਾਂ ਦਾ ਬਕਾਇਆ ਇਹ ਕਰਕੇ ਬਹੁਤ ਮੁਲਾਜ਼ਮਾਂ ਦੇ ਨਾਲ ਸਰਕਾਰ ਜਿਹੜੇ ਵਾਅਦੇ ਕਰਕੇ ਉਹਨਾਂ ਸਾਰੇ ਜਿਹੜੇ ਵਾਅਦਿਆਂ ਤੋਂ ਮੁੱਕਰ ਗਈ ਆ ਇਹ ਕਰਕੇ ਉਹਨਾਂ ਵਾਅਦਿਆਂ ਨੂੰ ਯਾਦ ਕਰਾਉਣ ਲਈ ਮੁਲਾਜ਼ਮ ਜਿਹੜੇ ਆ ਉਹ ਆਪਣੀ ਲੰਬਤ ਦੇ ਕਰ ਰਿਹਾ ਔਰ ਆਉਣ ਵਾਲਾ ਜਿਹੜਾ ਸਮੇਂ ਦੇ ਵਿੱਚ ਬਹੁਤ ਵੱਡੇ ਜਿਹੜੇ ਉਹ ਸੰਘਰਸ਼ ਜਿਹੜੇ ਅਸੀਂ ਸਰਕਾਰ ਦੇ ਖਿਲਾਫ ਲੜਾਂਗੇ ਧੰਨਵਾਦ ਅੱਜ ਪੂਰੇ ਦੇਸ਼ ਦੀਆਂ 10 ਸਟੇਟ ਯੂਨੀਅਨਾਂ ਦੇ ਜਿਹੜਾ ਸੱਦਾ ਦਿੱਤਾ ਹੈ ਕਿ ਖਿੰਦੂਸਤਾਨ ਦੀਆਂ ਜਿਹੜੀਆਂ ਮਜ਼ਦੂਰ ਜਮਾਤ ਆ ਉਹਦੇ ਵਾਸਤੇ ਜਿਹੜਾ ਸੱਦਾ ਹੈ ਕਿ ਕੇਂਦਰ ਦੀ ਜਿਹੜੀ ਨਰਿੰਦਰ ਮੋਦੀ ਦੀ ਸਰਕਾਰ ਹੈ ਜਿਹੜੀ ਇੱਕ ਤੇ ਦੂਸਰੀ ਵਾਰ ਜਿਹੜੀ ਸਤਾ ਦੇ ਵਿੱਚ ਆਈ ਆ ਉਹਨੇ ਲਗਾਤਾਰ ਹੀ ਜਿਹੜਾ ਮਜ਼ਦੂਰਾਂ ਦੇ ਉੱਤੇ ਜਿਹੜੇ ਅਤਿਆਚਾਰ ਕੀਤੇ ਆ ਨਵੇਂ-ਨਵੇਂ ਜਿਹੜੇ ਕਾਨੂੰਨ ਜਿਹੜੇ ਬਣਾਏ ਜਾ ਰਹੇ ਆ ਜਿਹੜੇ ਕਿਰਤ ਕਾਨੂੰਨ ਜਿਹੜੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਜਿਹੜੇ ਬਣੇ ਸੀ ਕਾਨੂੰਨ ਉਹਨਾਂ ਨੂੰ ਤੋੜਿਆ ਜਾ ਰਿਹਾ ਜਿਹੜੇ ਕਿ ਚਤਾ ਤਿੰਨ ਚੌੜਾ ਕਾਨੂੰਨ ਤੋੜ ਕੇ ਤਿੰਨ ਕੋਡਾਂ ਦੇ ਵਿੱਚ ਜਿਹੜਾ ਬਣਾਇਆ ਜਾ ਰਿਹਾ ਉਹਨਾਂ ਨੂੰ ਤਿੰਨ ਕੋਡਾਂ ਚ ਕੀਤਾ ਜਾ ਰਿਹਾ ਜਦਾਂ ਕਿ ਮਜ਼ਮਲਾਜਮਾਂ ਦੀ ਜਿਹੜੀ ਵੱਡੀ ਪੱਧਰ ਤੇ ਜਿਹੜੀ ਸ਼ਾਂਤੀ ਕੀਤੀ ਜਿਹੜੀ ਜਾ ਰਹੀ ਆ ਕੱਤੀਏ ਮਲਾਜ਼ਮ ਜਿਹੜੇ ਪੱਕੇ ਨਹੀਂ ਕੀਤੇ ਜਾਏ ਭਰਤੀ ਨਹੀਂ ਕੀਤੇ ਜਾ ਰਹੇ ਇਸੇ ਤਰ੍ਹਾਂ ਮਨਰੇਗਾ ਦੇ ਵਿੱਚ ਕੰਮ ਕਰਦੇ ਜਿਹੜੇ ਮਜ਼ਦੂਰ ਆ ਉਹਨਾਂ ਨੂੰ ਦਿਹਾੜੀ ਨਹੀਂ ਦਿੱਤੀ ਜਾ ਰਹੀ ਜੇ ਕੰਮ ਕੀਤਾ ਦਿੱਤਾ ਜਾ ਰਿਹਾ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਕੰਮ ਉਹਨਾਂ ਨੂੰ ਪੈਸੇ ਉਜਰਤ ਨਹੀਂ ਦਿੱਤੀ ਆ ਰਹੀ ਇਸੇ ਤਰ੍ਹਾਂ ਕੰਸਟ੍ਰਕਸ਼ਨ ਵਰਕਰ ਜਿਹੜੇ ਕੰਮ ਕਰਦੇ ਜਿਹੜੇ ਮਜ਼ਦੂਰ ਸੀ ਉਹਨਾਂ ਤੇ ਨਵੀਆਂ ਨਵਾਂਆਂ ਜਿਹੜੀਆਂ ਨਾ ਕੀ ਆ ਇਹੋ ਜੀਆਂ ਸ਼ਰਤਾਂ ਜਿਹੜੀਆਂ ਲਾਗੂ ਕਰ ਦਿੱਤੀਆਂ ਕਿ ਪੰਜਾਬ ਦੇ ਅੰਦਰ ਲਗਭਗ 4.5 ਲੱਖ ਕਾਪੀ ਜਿਹੜੀ ਸਾਡੇ ਮਜ਼ਦੂਰਾਂ ਦੀ ਕੰਸਟਰਕਸ਼ਨ ਵਰਕਰਾਂ ਦੀ ਜਿਹੜੀ ਬਣੀ ਸੀ ਉਹ ਸਰਕਾਰ ਦੀਆਂ ਨਲਕੀਆਂ ਕਾਰਨ ਜਿਹੜੀ ਉਹ ਰੱਦ ਰੱਦ ਹੋ ਗਈਆਂ ਉਹਨਾਂ ਦੀ ਰਜਿਸਟ੍ਰੇਸ਼ਨ ਨਹੀਂ ਜਿਹੜੀ ਕੀਤੀ ਜਾ ਰਹੀ ਜਿਹੜੇ ਕਿ ਮਜ਼ਦੂਰਾਂ ਦੀ ਜਿਹੜੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਉਹ ਨਹੀਂ ਜਿਹੜੀ ਕੀਤੀ ਜਾ ਰਹੀ ਇਸੇ ਤਰ੍ਹਾਂ ਹੀ ਆਸ਼ਾ ਵਰਕਰਾਂ ਦਾ ਹੋਰ ਥਾਰੇ ਮਲਾਜ਼ਮਾਂ ਦੇ ਵੱਖ-ਵੱਖ ਜਿਹੜੀਆਂ ਮੰਗਾਂ ਵਾਂ ਉਹਨਾਂ ਨੂੰ ਲੈ ਕੇ ਟ੍ਰੇਡ ਯੂਨੀਅਨ ਨੇ ਜਿਹੜਾ ਸੱਦਾ ਜਿਹੜਾ ਦਿੱਤਾ ਉਹਦੇ ਵੱਲੋਂ ਜਿਹੜਾ ਰੋਸ ਮਾਰਚ ਜਿਹੜਾ ਇਹ ਕਰਕੇ ਆਪਣਾ ਰੋਸ ਜਾਰੀ ਰੱਖ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਲਦਾਖ ਦੇ ਵਿੱਚ ਸ਼ਹੀਦ ਹੋਏ ਸਤਨਾਮ ਸਿੰਘ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਪੋਜਰਾਜ ਵਿੱਚ ਸ਼ਹੀਦ ਦੇ ਘਰ ਪਹੁੰਚੇ ਇਸ ਮੌਕੇ ਤੇ ਉਹਨਾਂ ਦੇ ਨਾਲ ਜ਼ਿਲ੍ਹਾ ਦੇ ਅਕਾਲੀ ਦਲ ਦੇ ਤਮਾਮ ਜਿਹੜੇ ਨੇਤਾ ਉਮਜੂਦ ਸਨ ਇਸ ਮੌਕੇ ਤੇ ਮਜੀਠੀਆ ਨੇ ਸ਼ਹੀਦ ਪਰਿਵਾਰ ਦੇ ਸ਼ਹਾਦਤ ਨੂੰ ਸਤਸੰਤ ਨਿਮਰਮ ਜੋ ਸਲਾਮ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਸ਼ਹੀਦ ਦੇਸ਼ ਵਾਸਤੇ ਇੱਕ ਵੱਡੀ ਕੁਰਬਾਨੀ ਦੇ ਕੇ ਗਏ ਨੇ ਉਹਨਾਂ ਨੂੰ ਆਪਾਂ ਕਦੇ ਵੀ ਨਹੀਂ ਭੁੱਲ ਸਕਦੇ ਤੇ ਅਸੀਂ ਸਾਰੇ ਲੋਕ ਹਮੇਸ਼ਾ ਇਸ ਸ਼ਹੀਦ ਪਰਿਵਾਰ ਦੇ ਨਾਲ ਖੜੇ ਹਾਂ ਤੇ ਉਹਨਾਂ ਨੇ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਖੁਦ ਸੈਨਾ ਦੇ ਹੌਸਲੇ ਨੂੰ ਵਧਾਉਣ ਵਾਸਤੇ ਲਦਾਖ ਦੇ ਵਿੱਚ ਗਏ ਹੋਏ ਨੇ ਉੱਥੇ ਹੀ ਉਹਨਾਂ ਨੇ ਚੀਨ ਦੇ ਵਿੱਚ ਭਾਰਤ ਦੇ ਅੰਦਰ ਜੋ ਗੰਭੀਰਤ ਸਥਿਤੀ ਬਣੀ ਹੋਈ ਆ ਬਾਰਡਰ ਦੇ ਉੱਪਰ ਉਸ ਦਾ ਜਾਇਜ਼ਾ ਲੈ ਰਹੇ ਨੇ ਉੱਥੇ ਪੰਜਾਬ ਸਰਕਾਰ ਨੇ ਸ਼ਹੀਦ ਪਰਿਵਾਰ ਦੇ ਨਾਲ ਜੋ ਵੀ ਵਾਅਦੇ ਕੀਤੇ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨਾ ਚਾਹੀਦਾ ਹੈ ਗਰਦਾਸਪੁਰ ਤੋਂ ਸਾਡੇ ਪੱਤਰਕਾਰ ਜਤਿੰਦਰ ਕੁੰਦਲ ਨੇ ਵਿਕਰਮ ਸਿੰਘ ਮਜੀਠੀਆ ਸੀਨੀਅਰ ਅਕਾਲੀ ਲੀਡਰ ਦੇ ਨਾਲ ਖਾਸ ਗੱਲਬਾਤ ਕੀਤੀ ਆ ਉਹ ਜਾਣਦੇ ਆ ਕੀ ਕਹਿਣਾ ਹੈ ਅੱਜ ਜੀ ਸਮੂਚੀ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਇਹ ਪਹਿਲਾਂ ਵੀ ਇੱਚੇ ਸ਼ਹੀਦ ਜਿਹੜੇ ਸਾਡੇ ਸਤਕਾਰਯੋਗ ਨੇ ਸਤਨਾਮ ਸਿੰਘ ਜੀ ਸੂਬੇਦਾਰ ਨੇ ਸਤਨਾਮ ਸਿੰਘ ਜੀ ਹੈ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਵੀ ਕਰਕੇ ਗਈ ਸੀ ਉਹਨਾਂ ਦੇ ਚਰਨਾਂ 'ਚ ਹਾਜ਼ਰੀ ਵੀ ਲਵਾ ਕੇ ਗਈ ਸੀ ਔਰ ਅੱਜ ਕਿਉਂਕਿ ਮੇਰੀ ਕੁਝ ਪਰਿਵਾਰਕ ਮਜਬੂਰੀਆਂ ਸੀ ਮੈਂ ਨਹੀਂ ਆ ਸਕਿਆ ਸੀ ਮੇਰੇ ਮੰਨ ਤੇ ਇਸ ਗੱਲ ਦਾ ਬੜਾ ਬੋਝ ਸੀ ਤੇ ਅੱਜ ਮੈਂ ਆਪ ਬੁਜਰਗਾਂ ਦੇ ਕੋਲ ਮਾਤਾ ਜੀ ਦੇ ਦਰਸ਼ਨ ਉਹਨਾਂ ਦੇ ਜਿਹੜੇ ਛੋਟੇ ਭਾਈ ਸਾਹਿਬ ਆ ਸਤਨਾਮ ਸਿੰਘ ਜੀ ਦੇ ਸ਼ਹੀਦ ਜੀ ਦੇ ਸੁਖਚੈਨ ਜੀ ਜਿਹੜੇ ਆਪ ਆਰਮੀ 'ਚ ਬੜੀ-ਬੜੀ ਸੇਵਾ ਕਰ ਰਹੇ ਆ ਉਹਨਾਂ ਨਾਲ ਸਾਰਿਆਂ ਨਾਲ ਸਤਕਾਰ ਵਜੋਂ ਉਹ ਸ਼ਹਾਦਤ ਦੇ ਦੁੱਖ ਵੀ ਸਾਂਝਾ ਕੀਤਾ ਬਹੁਤ ਵੱਡੀ ਕੁਰਬਾਨੀ ਆ ਔਰ ਅੱਜ ਸਾਡੇ ਪ੍ਰਧਾਨ ਮੰਤਰੀ ਸਾਹਿਬ ਜੀ ਲੇ ਲਾਦਾਕ ਫੌਜ ਦੀ ਹੌਸਲਾ ਬਜਾਈ ਲਈ ਗਏ ਆ ਮੈਂ ਕਹਿ ਸਕਦਾ ਸ਼ਾਇਦ ਹਿਸਟਰੀ 'ਚ ਪਹਿਲੀ ਵਾਰੀ ਹੋਇਆ ਦੋ ਮੁਲਕਾਂ ਦੀ ਚਾਈਨਾ ਔਰ ਹਿੰਦੁਸਤਾਨ ਦੀ ਜਦੋਂ ਐਡੇ ਮਾਹੌਲ ਖਤਰਨਾਕ ਹੋਵੇ ਕਿ ਕਿਸੇ ਵੇਲੇ ਵੀ ਕੁਝ ਹਾਦਸਾ ਵਾਪਰ ਸਕਦਾ ਉਸ ਮੌਕੇ ਤੇ ਫੌਜ ਦੇ ਨਾਲ ਜਾ ਕੇ ਪ੍ਰਧਾਨ ਮੰਤਰੀ ਦਾ ਖਲੋਣਾ ਮੈਂ ਸਮਝਦਾ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਨ੍ਹਾਂ ਨੇ ਵੀ ਦੇਸ਼ ਵਾਸਤੇ ਸ਼ਹਾਦਤ ਦਿੱਤੀ ਹੈ ਉਹਨਾਂ ਦੀ ਜਿੰਨਾ ਵੀ ਸਤਕਾਰ ਹੋ ਜੇ ਜੋ ਉਹਨਾਂ ਦੀ ਸੇਵਾ ਅਸੀਂ ਸਾਰੇ ਕਰ ਜਾਈਏ ਉਨੀ ਕਾ ਔਰ ਆਪ ਦੀ ਜ਼ਿੰਮੇਵਾਰੀ ਸਮਝ ਕੇ ਡਿਊਟੀ ਸਮਝ ਕੇ ਕਿ ਮੈਂ ਕੀ ਕਰ ਸਕਦਾ ਹਾਂ ਛਲੂਮਨੀ ਅਕਾਲੀ ਦਲ ਕਿਸ ਤਰੀਕੇ ਨਾਲ ਪਰਿਵਾਰ ਨਾਲ ਖਲੋ ਸਕਦੀ ਹੈ ਉਹ ਗੱਲਬਾਤ ਕਰਨ ਵਾਸਤੇ ਪਰਿਵਾਰ ਕੋਲ ਆਏ ਸਾਂ ਪੰਜਾਬ ਸਰਕਾਰ ਨੇ ਜੋ ਆਪਦੇ ਫੈਸਲੇ ਕੀਤੇ ਆ ਉਹ ਫੈਸਲੇ ਜੇ ਸਿਰੇ ਚੜਾਉਣਗੇ ਤੇ ਬਹੁਤ ਉਹ ਤਸੱਲੀ ਵਾਲੀ ਗੱਲ ਹੈ ਮੈਂ ਉਸ ਗੱਲ ਤੇ ਪੰਜਾਬ ਸਰਕਾਰ ਦਾ ਵੀ ਧੰਨਵਾਦੀ ਹੋਊਂਗਾ ਕਿ ਜਿਹੜਾ ਜਿਹੜਾ ਵੀ ਵਾਅਦਾ ਭੋਗਦੇ ਜਿਵੇਂ ਜਿਵੇਂ ਕਰਕੇ ਗਏ ਆ ਜਦੋਂ ਜਦੋਂ ਉਹ ਪੂਰਾ ਹੋ ਜੋ ਔਰ ਜਿਵੇਂ ਪਰਿਵਾਰ ਦੀ ਮੰਗ ਹੈ ਔਰ ਮੈਂ ਇਹ ਸਮਝਦਾ ਕਿ ਪਾਰਟੀ ਸਾਰੀਆਂ ਹੀ ਇਸ ਗੱਲ ਤੇ ਸਹਿਮਤ ਹੋਣ ਗਿਆ ਕਿ ਜਿਨ੍ਹਾਂ ਨੇ ਵੀ ਦੇਸ਼ ਵਾਸਤੇ ਸ਼ਹਾਦਤ ਦਿੱਤੀ ਆ ਉਹਨਾਂ ਦੇ ਪਰਿਵਾਰਾਂ ਨੂੰ ਜੇ ਲੋਡ ਹੈ ਇੱਕ ਨੌਕਰੀ ਦੀ ਜਗ੍ਹਾ ਦੋ ਦਿੱਤੀਆਂ ਜਾਣ ਕੋਈ ਮਾੜੀ ਗੱਲ ਨਹੀਂ ਬਹੁਤ ਚੰਗੀ ਗੱਲ ਹੋ ਗਈ ਬੜਾ ਸਤਕਾਰ ਵਾਲਾ ਕੰਮ ਹੋਊਗਾ ਸੋ ਇਹ ਪਰਿਵਾਰ ਦੀ ਮੰਗ ਹੈ ਮੈਂ ਵੀ ਉਸ ਗੱਲ ਦੀ ਫਰੋੜਤਾ ਕਰਦੇ ਹੋਏ ਆਜ ਕਰਦਾ ਕੀ ਕੈਪਟਨ ਸਾਹਿਬ ਇਸ ਗੱਲ ਨੂੰ ਸਮਝਣਗੇ ਤੇ ਜਰੂਰ ਇਸ ਗੱਲ ਤੇ ਕੁਝ ਅਮਲ ਕਰਨਗੇ ਚਾਹ ਕਿਉਂਕਿ ਸ਼ਹੀਦ ਗੁਰਤੇਜ ਸਿੰਘ ਹੋਰਾਂ ਦੇ ਪਰਿਵਾਰ ਨੇ ਵੀ ਸੇਮ ਗੱਲ ਰੱਖੀ ਹੈ ਸੋ ਇਹ ਜਰੂਰ ਸਤਕਾਰ ਵਜੋਂ ਸਰਕਾਰਾਂ ਨੂੰ ਕਰਨਾ ਚਾਹੀਦਾ ਮਗਰ ਮੈਂ ਕੋਈ ਉਸੇ ਤਰੀਕੇ ਦੀ ਨੁਕਤਾਚੀਨੀ ਨਹੀਂ ਉਹਨਾਂ ਦੀ ਕਰਦਾ ਕਿਉਂਕਿ ਇਹ ਸਮਾ ਸਭ ਦਾ ਸਾਂਝੇ ਤਰੀਕੇ ਨਾਲ ਖਲੋਣ ਦਾ ਪੰਜਾਬੀ ਕਮਾਨ ਦੇ ਵਿੱਚ ਇਹ ਸੀ ਅੱਜ ਦੇ ਵੱਡੀਆਂ ਖਬਰਾਂ ਹੋਰ ਖਬਰਾਂ ਦੇਖਣੀਆਂ ਸੋਣੀਆਂ ਪੜ੍ਹਨੀਆਂ ਤਾਂ ਬਣੇ ਰਹੋ aajnewswala.com ਦੇ ਨਾਲ